मेरी गल सुन, मैं पैसे दे के दूंगा, मैं की करूंगा तुहाडे पैसे लै के? जोशी नूं दे 1000 सीट कट। कोरोना महामारी नूं लै के सूबा सरकार पूरी तरह नाल सख्त होई पई नजर आ रही है, जिसके चलदे पंजाब सरकार ने पंजाब पुलिस नूं भी सख्त हदायतां जारी कीतियां हन, जिस तों बाद पंजाब पुलिस इस बीमारी तों बचण लई जिथे पूरी तरह नाल सख्ती वरत रही है, उत्थे ही लापरवाही वरतण वालियां दे खिलाफ भी चलान कट रही है, फिर चाहे वह आम नागरिक होवे जां फिर कोई सैलीब्रिटी। पुलिस हर किसी का बिना मास्क पहने चलान कट रही है। अजिहा ही कुछ देखने को मिला फगवाड़ा विखे, जिथे कि प्रसिद्ध पंजाबी कलाकार मास्टर सलीम का मास्क ना पाउण ते पुलिस वालों चलान कर दिता गया। हालांकि इस दौरान पुलिस और मास्टर सलीम विचकार बहसबाजी भी हुई। आओ देखते हैं पहला वो वीडियो। उधर थाना सिटी दे SHO नवदीप सिंह ने दसाया कि सरकार दीयां हदायतां मुताबक ही पुलिस अपनी ड्यूटी निभा रही है ते अनगहली वर्तन वाले किसी भी व्यक्ति नूं नहीं बख्शेगी, जिस लई भावें कोई भी सैलिब्रिटी ही क्यों ना होवे। ਇਹਦੇ ਬਾਰੇ ਇਹ ਹੈ ਵੀ ਕੱਲ੍ਹ ਕਿਉਂਕਿ ਸੀਨੀਅਰ ਅਫਸਰਾਂ ਨੇ ਹਦਾਇਤਾਂ ਦਿੱਤੀਆਂ, ਜਿਹੜੀ ਨਾਕਾਬੰਦੀ ਚੱਲਦੀ ਪਈ ਆ, ਅਸੀਂ ਲੋਕਾਂ ਨੂੰ ਅਵੇਅਰ ਵੀ ਕਰਦੇ ਹਾਂ। ਬਟ ਦੇਖੋ ਇਹ 22 ਮਾਰਚ ਤੋਂ ਲੋਕਡਾਊਨ ਸ਼ੁਰੂ ਹੋਇਆ ਸੀਗਾ, ਹੁਣ ਆਲਮੋਸਟ ਜਿਹੜਾ 1 ਸਾਲ ਹੋ ਗਿਆ, ਹਾਲੇ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਇਹ ਜਿਹੜੇ ਇਹਦੀ ਵਾਇਲੇਸ਼ਨ ਕਰਦੇ ਪਏ। ਇਸ ਦੇ ਸੰਬੰਧ ਅਸੀਂ ਸ਼ੂਗਰ ਮਿਲ ਚੌਂਕ ਸਬ ਇੰਸਪੈਕਟਰ ਸਾਡੇ ਇੱਥੇ ਉਹਨਾਂ ਨੇ ਨਾਕਾ ਲਾਇਆ ਹੋਇਆ ਸੀਗਾ, ਭਾਰਤ ਭੂਸ਼ਣ ਉਹਨਾਂ ਨੇ ਅਡੀਸ਼ਨਲ SHO ਦੇ, ਤਾਂ ਉਸੇ ਦੌਰਾਨ ਹੀ ਜਿਹੜੀ ਆ ਉਹ ਜਦੋਂ ਉਹਨਾਂ ਨੇ ਗੱਡੀ ਰੋਕਿਆ ਤਾਂ ਗੱਡੀ ਦੇ ਵਿੱਚ ਮਾਸਟਰ ਸਕੀਮ ਸੀਗਾ, ਉਹਦੀ ਹੀ ਗੱਡੀ ਸੀ ਇਨਫੈਕਟ, ਫਿਰ ਉਹਦਾ ਜਿਹੜਾ ਚਲਾਨ ਕਰ ਦਿੱਤਾ ਗਿਆ। ਇਹ ਗੱਡੀ ਦੇ ਵਿੱਚ ਮੇਰੇ ਕੋਲ ਗੱਡੀ ਦਾ ਸਵਾਰ ਜਿਹੜੇ ਬੰਦੇ ਨੇ ਮਾਸਕ ਨਹੀਂ ਪਾਇਆ ਉਹਨਾਂ ਦਾ ਚਲਾਨ ਕੀਤਾ। ਉਸੇ ਗੱਡੀ ਦੇ ਵਿੱਚ ਮਾਸਟਰ ਸਲੀਮ ਵੀ ਸੀ? ਹਾਂ ਬਿਲਕੁਲ, ਉਸੇ ਗੱਡੀ 'ਚ ਮਾਸਟਰ ਸਲੀਮ ਵੀ ਸੀ। ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਮ ਪਬਲਿਕ ਨੂੰ ਜੇ ਮਾਸਟਰ ਸਲੀਮ ਵਾਲੇ ਚਲਾਨ ਦੇ ਵਿੱਚ ਉਹਦੇ ਬੰਦੇ ਦਾ? ਸਾਰਿਆਂ ਨੂੰ ਅਪੀਲ ਤਾਂ ਇਹੀ ਹੈ ਵੀ ਜਿੱਦਾਂ ਹੁਣ ਅੱਜ 9 ਵਜੇ ਕਰਫਿਊ ਜਿਹੜਾ ਹੈ ਸਟਾਰਟ ਨਾ ਹੋ ਗਿਆ ਲੋਕਡਾਊਨ, ਹੁਣ ਇਹ ਸਾਰਿਆਂ ਨੂੰ ਪਤਾ ਹੈ, ਸੋਸ਼ਲ ਮੀਡੀਆ ਸਾਰੇ ਕੋਲ ਐਪ ਹੈਗੀ ਹੈ, ਸਾਰੇ ਇੱਕ ਦੂਜੇ ਨੂੰ ਜਾਣਦੇ, ਤੇ ਇਹੀ ਹੈ ਵੀ ਜੇ ਆਪਾਂ ਇਹ ਜੇ ਵਾਧਾ ਪਿਆ ਆ ਤਾਂ ਆਪਣੀ ਜਿਹੜੀ ਆਜ਼ਾਦੀ ਹੈ ਉਹ ਵੀ ਘਾਟਾ ਹੋ ਰਹੀ ਹੈ। ਹੁਣ ਤੁਸੀਂ ਦੇਖੋ ਪਹਿਲਾਂ ਜਿਹੜੀ ਸੀ ਕਿ 11 ਤੋਂ 5 ਦਾ ਸੀ, ਹੁਣ 9 ਤੋਂ ਹੋ ਗਿਆ, ਜੇ ਇੱਦਾਂ ਹੀ ਅਲਾਰਮਿੰਗ ਰੇਟ ਦੇ ਵੱਧਦਾ ਗਿਆ ਤਾਂ ਹੋ ਸਕਦਾ ਇਨ ਫਿਊਚਰ ਜਿਹੜਾ ਹੋਰ ਵੀ ਲੰਬਾ ਚੱਲੇ। ਸੋ ਇਸ ਕਰਕੇ ਆਪਣੀ ਫਰੀਡਮ ਨੂੰ ਜਿਹੜੇ ਆਪਾਂ ਘੁੰਮਦੇ ਪਏ ਇਹਨੂੰ ਥੋੜ੍ਹਾ ਰਿਸਟ੍ਰਿਕਸ਼ਨ ਕਰੋ, ਕੱਟ ਆਫ ਕਰੋ, ਅਤੇ ਮਾਸਕ 'ਤੇ ਜਿਹੜੇ ਜਿੱਦਾਂ ਆਪਾਂ ਬਾਕੀ ਦੇ ਵਾਇਲੇਸ਼ਨ ਜਿਹੜੀ ਹੈ ਚੱਲਦੀ ਪਈ ਉਹ ਨਾ ਕਰੋ। ਸੋ ਅਸੀਂ ਤਾਂ ਇੱਦਾਂ ਹੈ ਵੀ ਜਿਹੜਾ ਬੰਦਾ ਗਰੀਬ ਆ, ਹਰ ਬੰਦੇ ਨੂੰ ਇਸ ਚੀਜ਼ ਬਾਰੇ ਪਤਾ ਹੈ, ਲੋ ਸਾਰਿਆਂ ਵਾਸਤੇ ਸੇਮ ਆ। ਕਈ ਵਾਰੀ ਅਸੀਂ ਕਿਸੇ ਬੰਦੇ ਨੂੰ ਦੇਖ ਲੈਂਦੇ ਵੀ ਉਹ ਐਡਾ ਕੁ ਅਨਅਵੇਅਰ ਆ ਵੀ ਉਹਨੂੰ ਅਸੀਂ ਜਿਹੜੇ ਆ ਮਾਸਕ ਜਿਹੜੇ ਦਿੰਦੇ ਵੀ ਅਸੀਂ ਨਾਕੇ ਦੇ ਉੱਤੇ, ਤਾਂ ਜਿਹੜੇ ਬੰਦੇ ਜਿਹਨਾਂ ਨੂੰ ਪਤਾ ਆ ਗੱਡੀਆਂ 'ਚ ਘੁੰਮਦੇ ਆ, ਅਤੇ ਉਹਨਾਂ ਬੰਦਿਆਂ 'ਤੇ ਅਸੀਂ ਇਹ ਕਰਾਂਗੇ।